देखो बेटा जी बीए फर्स्ट ईयर ऑनर्स वाले बच्चे ਅਸੀਂ ਬੇਟਾ ਆਪਣੇ ਜੋ ਹੈ ਸ਼ਾਰਟ ਕੁਐਸਚਨ ਕਰ ਰਹੇ ਸੀਗੇ YouTube ਤੇ 30 ਕੁਐਸਚਨ ਅਸੀਂ ਕਰ ਲਏ ਸੀ ਉਹਦੇ ਤੋਂ ਅੱਗੇ ਅਜ ਅਸੀਂ ਕਰਨੇ ਨੇ ਆਪਣੇ 60 ਤੱਕ ਕੁਐਸਚਨ ਕਰ ਲਵਾਂਗੇ ਤੇ ਪਹਿਲਾ ਜਿਹੜਾ ਸਾਡਾ 31 1 ਨੰਬਰ ਵਾਲਾ ਕੁਐਸਚਨ ਬਣਦਾ ਹੈ ਨਾ ਕਿਹੜਾ ਕੁਐਸਚਨ ਹੈ ਬੇਟਾ ਉਹ ਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕਿਸ ਤੋਂ ਲਿਖਵਾਈ ਕਿਹਦੇ ਤੋਂ ਲਿਖਵਾਈ ਗੁਰੂ ਅਰਜਨ ਦੇਵ ਜੀ ਨੇ ਬੀੜ ਸਾਹਿਬ ਮਤਲਬ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਹਦੇ ਤੋਂ ਲਿਖਵਾਏ ਭਾਈ ਗੁਰਦਾਸ ਤੋਂ ਭਾਈ ਗੁਰਦਾਸ ਰਿਸ਼ਤੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ ਕੀ ਲੱਗਦੇ ਸਨ ਭਾਈ ਗੁਰਦਾਸ ਜੀ ਉਹਨਾਂ ਦੇ ਮਾਮਾ ਜੀ ਲੱਗਦੇ ਸਨ ਅਗਲਾ ਕੁਐਸਚਨ ਬੇਟਾ ਬੰਦਾ ਹੈ ਕਿ ਭਾਈ ਗੁਰਦਾਸ ਜੀ ਦੀ ਕਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਬੇਟਾ ਤੁਹਾਨੂੰ ਕਈ ਵਾਰੀ ਵੱਡੇ ਕੁਐਸਚਨ ਵਿੱਚ ਵੀ ਦੱਸਿਆ ਹੈ ਕਿ ਭਾਈ ਗੁਰਦਾਸ ਦੀ ਆਪਣੀ ਕੋਈ ਵੀ ਬਾਣੀ ਜੋ ਹੈ ਉਹਨਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ ਬੇਸ਼ੱਕ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕੀਤੀ ਪਰ ਜੋ ਹੈ ਉਹਨਾਂ ਦੀ ਆਪਣਾ ਲਿਖਿਆ ਹੋਇਆ ਕੁਝ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ ਤੇ ਇਸ ਤਰ੍ਹਾਂ ਬੇਟਾ ਫਿਰ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ ਨਾ ਉਹ ਇੱਕ ਵੱਖਰੀ ਪੋਥੀ 'ਚ ਹੈ ਤੇ ਜਿਸ ਨੂੰ ਕੀ ਕਿਹਾ ਜਾਂਦਾ ਹੈ ਭਾਈ ਗੁਰਦਾਸ ਦਾ ਅਗਲਾ ਕੁਐਸਚਨ ਵੀ ਹੈਗਾ ਦੇਖੋ ਇਹ ਵਾਲਾ ਭਾਈ ਗੁਰਦਾਸ ਦੀ ਬਾਣੀ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਦੀ ਬਾਣੀ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੀ ਕੁੰਜੀ ਕੁੰਜੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਭਾਈ ਗੁਰਦਾਸ ਦੀ ਜਿਹੜੀ ਬਾਣੀ ਹੈਗੀ ਹੈ ਨਾ ਜੋ ਵੀ ਉਹਨਾਂ ਨੇ ਲਿਖਿਆ 12 ਲਿਖੀਆਂ ਕਵਿਤਾ ਲਿਖੇ ਸਵਈਏ ਲਿਖੇ ਉਹਨਾਂ ਨੂੰ ਪੜ੍ਹ ਕੇ ਜੋ ਹੈ ਉਹ ਗੁਰਬਾਣੀ ਦੀ ਵਿਆਖਿਆ ਕਰਦੇ ਨੇ ਮਤਲਬ ਕਿ ਉਹ ਸਾਰੇ ਉਹਨਾਂ ਦੀ ਜੋ ਵੀ ਉਹਨਾਂ ਨੇ ਵਿਸ਼ਾ ਲਿਆ ਹੈਗਾ ਨਾ ਉਹਨਾਂ ਦਾ ਉਹ ਗੁਰਬਾਣੀ ਦੀ ਵਿਆਖਿਆ ਕਰਦੇ ਨੇ ਤੇ ਉਹਨੂੰ ਪੜ੍ਹ ਕੇ ਜੋ ਹੈ ਗੁਰਬਾਣੀ ਬੜੇ ਚੰਗੇ ਤਰੀਕੇ ਨਾਲ ਸਮਝ ਆ ਜਾਂਦੀ ਹੈ ਅਗਲਾ ਕੁਐਸਚਨ ਬੇਟਾ ਬੰਦਾ ਹੈ ਕਿ ਗੁਰੂ ਘਰ ਦੇ ਵੇਦ ਵਿਆਸ ਕਿਸ ਨੂੰ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਨੂੰ ਠੀਕ ਹੈ ਨਾ ਜਾਂ ਮਤਲਬ ਕਿ ਗੁਰੂ ਘਰ ਵੱਲੋਂ ਭਾਈ ਗੁਰਦਾਸ ਨੂੰ ਕਿਹੜੀ ਉਪਾਧੀ ਮਿਲੀ ਹੋਈ ਹੈ ਗੁਰੂ ਘਰ ਦੇ ਵੇਦ ਵਿਆਸ ਦੀ ਉਪਾਧੀ ਮਿਲੀ ਹੋਈ ਹੈ ਤੇ ਨੈਕਸਟ ਕੁਐਸਚਨ ਬਿੱਟਾ ਬੰਦਾ ਹੈ ਕਿ ਭਾਈ ਗੁਰਦਾਸ ਨੇ ਕਿੰਨੀਆਂ ਵਾਰਾਂ ਲਿਖੀਆਂ ਟੋਟਲ ਕਿੰਨੀਆਂ ਵਾਰਾਂ ਅਸੀਂ ਵੱਡੇ ਕੁਐਸਚਨ ਹੈ ਜੀ ਵੀ ਡਿਸਕਸ ਕਰ ਲਿਆ 39 ਵਾਰਾਂ ਲਿਖੀਆਂ ਭਾਈ ਗੁਰਦਾਸ ਜੀ ਕਿਹੜੀ ਵਾਰ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੈ ਮਤਲਬ ਕਿ ਜਿਸ ਵਾਰ ਵਿੱਚ ਤੁਹਾਨੂੰ ਪਤਾ ਹੈ ਕਿ ਵਾਰ ਜਿਹੜੀ ਹੈ ਪੋੜੀਆਂ ਵਿੱਚ ਲਿਖੀ ਜਾਂਦੀ ਹੈ ਪੋੜੀ ਛੰਦ ਉਹਦੇ ਲਈ ਵਰਤਿਆ ਜਾਂਦਾ ਹੈ ਤੇ ਇਹਦੀ ਜਿਹੜੀ ਪਹਿਲੀ ਪਹਿਲੀ ਵਾਰ ਹੈ ਨਾ 39 ਵਾਰਾਂ ਵਿੱਚੋਂ ਜਿਹੜੀ ਪਹਿਲੀ ਪਹਿਲੀ ਵਾਰ ਹੈ ਉਹ ਗੁਰਨਾਨਕ ਦੇਵ ਜੀ ਬਾਰੇ ਜੋ ਹੈ ਭਾਈ ਗੁਰਦਾਸ ਨੇ ਲਿਖੀ ਹੈ ਭਾਈ ਗੁਰਦਾਸ ਜੀ ਪਹਿਲੀ ਵਾਰ ਦੀਆਂ ਕਿੰਨੀਆਂ ਪਉੜੀਆਂ ਹਨ ਕਿੰਨੀਆਂ ਪਉੜੀਆਂ ਹਨ ਉਹਦੀਆਂ 49 ਪਉੜੀਆਂ ਹਨ ਇੱਥੇ ਇੱਥੇ ਬੇਟਾ ਇੱਕ ਕੁਐਸਚਨ ਹੋਰ ਤੁਹਾਨੂੰ ਦੱਸ ਦਿਆਂ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਦਾ ਪ੍ਰਕਾਸ਼ ਹੋਇਆ ਨਾ ਪਹਿਲੀ ਵਾਰੀ ਸ੍ਰੀ ਹਰਮੰਦਰ ਸਾਹਿਬ ਤੇ ਉਸ ਵੇਲੇ ਜੋ ਹੈ ਸਭ ਤੋਂ ਪਹਿਲਾਂ ਜਿਹੜੇ ਉੱਥੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਨੇ ਜਿਨ੍ਹਾਂ ਨੇ ਹੁਕਮਨਾਮਾ ਲਿਆ ਜਾ ਜਿਹਨਾਂ ਨੂੰ ਗ੍ਰੰਥੀ ਸਭ ਤੋਂ ਪਹਿਲਾਂ ਥਾਪਿਆ ਗਿਆ ਉਹ ਬਾਬਾ ਬੁੱਢਾ ਜੀ ਸਨ ਛੋਟੇ ਕੁਐਸਚਨ ਹੀ ਚ ਆ ਜਾਂਦੇ ਕਈ ਵਾਰੀ ਫਿਰ ਅਗਲਾ ਕੁਐਸਚਨ ਕਰ ਲਈਏ ਕੀ ਭਾਈ ਗੁਰਦਾਸ ਦੀਆਂ 12 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਇਹ ਕੁਐਸਚਨ ਜੋ ਹੈ ਉੱਪਰ ਵੀ ਆ ਗਿਆ ਮਤਲਬ ਕਿ ਕਮਾ ਕੇ ਦੇ ਦਿੰਦੇ ਨੇ ਨਾ ਤਾਂ ਕਰਕੇ ਮੈਂ ਵੀ ਇੱਥੇ ਇਹਨੂੰ ਦੁਬਾਰੇ ਲਿਖਿਆ ਕਿ ਨਹੀਂ ਉਹਨਾਂ ਦੀ ਕੋਈ ਵੀ 12 ਜਿਹੜੀਆਂ ਨੇ ਨਾ ਦਰਜ ਨਹੀਂ ਹਨ ਉੰਜ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 12 ਵੀ ਦਰਜ ਨੇ ਨਾ ਅਧਿਆਤਮਿਕ 12 ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਅਧਿਆਤਮਿਕ ਤੇ ਇੱਕ ਬੀਰਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਵਾਲੀਆਂ ਜਿਹੜੀਆਂ 12 ਨੇ ਉਹਨਾਂ ਦਾ ਜਿਹੜਾ ਵਿਸ਼ਾ ਹੈ ਉਹ ਅਧਿਆਤਮਿਕ ਹੈ ਤੇ ਸਭ ਤੋਂ ਪ੍ਰਸਿੱਧ ਜਿਹੜੀ ਵਾਰ ਹੈ ਆਪਣੀ ਪੰਜਾਬੀ ਦੀ ਉਹ ਕਿਹੜੀ ਵਾਰ ਹੈ ਉਹ ਚੰਡੀ ਦੀ ਵਾਰ ਹੈ ਇਹ ਵੀ ਤੁਹਾਨੂੰ ਸ਼ੋਰਟ ਕੁਐਸਚਨ ਇਚ ਆ ਜਾਂਦੇ ਸਭ ਤੋਂ ਪ੍ਰਸਿੱਧ ਵਾਰ ਕਿਹੜੀ ਹੈ ਚੰਡੀ ਦੀ ਵਾਰ ਹੈ ਕਿਸ ਨੇ ਲਿਖੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਠੀਕ ਹੈ ਨਾ ਤੇ ਪੌੜੀਆਂ 'ਚ ਲਿਖੀ ਗਈ ਹੈ ਉਹ ਵੀ ਤੇ ਪਾਈ ਗੁਰਦਾਸ ਦੀਆਂ 12 ਅਧਿਆਤਮਿਕ ਹਨ ਜਾਂ ਬੀਰ ਰਸੀ ਕਿਹੜੀਆਂ ਵਾਰਾਂ ਨੇ ਬੀਰ ਰਸੀ ਵਾਰਾਂ ਤੇ ਹੈ ਨਹੀਂ ਦੇਖੋ ਕੋਈ ਪਾਈ ਗੁਰਦਾਸ ਦੀਆਂ ਪਾਈ ਗੁਰਦਾਸ ਦੀਆਂ ਵਾਰਾਂ ਨੇ ਅਧਿਆਤਮਿਕ ਰਸ ਵਾਲੀਆਂ ਵਾਰਾਂ ਹਨ ਤੇ ਵਾਰ ਕਿਹੜੇ ਛੰਦ 'ਚ ਲਿਖੀ ਜਾਂਦੀ ਹੈ ਵਾਰ ਪੌੜੀ ਛੰਦ 'ਚ ਲਿਖੀ ਜਾਂਦੀ ਹੈ ਅਗਲਾ ਕੁਐਸਚਨ ਵੇਖ ਲਈ ਬੇਟਾ ਹੈ ਤੇ ਦੇਖੋ ਇਹ ਇੰਜ ਦਾ ਆਨਸਰ ਪਿੱਛੇ ਵੀ ਆ ਗਿਆ ਪਰ ਇਹ ਐਗਜ਼ਾਮੀਨਰ ਦੇ ਕਮਾਣ ਦੀ ਗੱਲ ਹੁੰਦੀ ਹੈ ਉਹ ਕੁਐਸਚਨ ਨੂੰ ਕਿਵੇਂ ਕਮਾ ਦਿੰਦਾ ਹੈ ਪਾਈ ਗੁਰਦਾਸ ਦੀ ਪਹਿਲੀ ਵਾਰ ਕਿਹੜੇ ਗੁਰੂ ਦਾ ਬਿੰਬ ਪੇਸ਼ ਕਰਦੀ ਹੈ ਠੀਕ ਹੈ ਨਾ ਕਿਹੜੇ ਗੁਰੂ ਦਾ ਬਿੰਬ ਪੇਸ਼ ਕਰਦੀ ਹੈ ਗੁਰੂ ਨਾਨਕ ਦਾ ਕੱਲ ਨੂੰ ਤਾਰਣ ਕੋਣ ਆਇਆ ਮਤਲਬ ਕਿ ਪਾਈ ਗੁਰਦਾਸ ਦੀ 12 ਚਿਕ ਥਾਂ ਤੇ ਆਂਦਾ ਕੱਲ ਤਾਰਣ ਗੁਰੂ ਨਾਨਕ ਆਇਆ ਠੀਕ ਹੈ ਨਾ ਇੱਕ ਪੰਕਤੀ ਹੈਗੀ ਆ ਤੇ ਤੁਸੀਂ ਲਿਖੋਗੇ ਕੋਣ ਆਇਆ ਗੁਰੂ ਨਾਨਕ ਆਇਆ ਤੇ ਕੱਲ ਤੋਂ ਕੀ ਭਾਵ ਹੈ ਕੱਲ ਤੋਂ ਭਾਵ ਇਹ ਨਹੀਂ ਹੈ ਮਤਲਬ ਕਿ ਤੁਸੀਂ ਲਗਾ ਲੋਗੀ ਕੁਝ ਬੱਚੇ ਲਿਖ ਦਿੰਦੇ ਨੇ ਆਉਣ ਵਾਲਾ ਕੱਲ ਜਾਂ ਬੀਤੇ ਹੋਇਆ ਕੱਲ ਕੱਲ ਤੋਂ ਭਾਵ ਹੈ ਕਲ ਯੁਗ ਤੇ ਗੁਰੂ ਨਾਨਕ ਦਾ અવਤਾਰ ਕਿਹੜੇ ਯੁਗ ਵਿੱਚ ਹੋਇਆ ਕਿਹੜੇ ਯੁਗ ਵਿੱਚ ਹੋਇਆ ਗੁਰੂ ਨਾਨਕ ਦਾ અવਤਾਰ ਕਲ ਯੁਗ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਪਾਈ ਗੁਰਦਾਸ ਆਪਣੀਆਂ 12 ਵਿੱਚ ਕਿੰਨੇ ਯੁਗਾਂ ਦੀ ਗੱਲ ਕਰਦੇ ਨੇ ਕਿੰਨੇ ਯੁਗਾਂ ਦੀ ਯੁਗ ਕਿੰਨੇ ਚੱਲੇ ਹੁਣ ਤੱਕ ਚਾਰ ਯੁਗ ਹੋ ਚਲੇ ਬੇਟਾ ਉਹਨਾਂ ਦੇ ਨਾਮ ਸ਼ਾਇਦ ਤੁਹਾਨੂੰ ਪਤਾ ਹੋਣਗੇ ਸਤਜੁਗ ਹੈਨਾ ਫਿਰ ਤ੍ਰੇਤਾ ਯੁਗ ਦਵਪਰ ਯੁਗ ਤ੍ਰੇਤਾ ਯੁਗ ਵਿੱਚ ਸ਼੍ਰੀ ਰਾਮਚੰਦਰ ਜੀ ਹੋਏ ਦਵਪਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ ਦੇ ਵੀਰ ਗੱਲ ਜੁਗੀ ਤੇ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹਨਾਂ ਨੇ અવਤਾਰ ਧਾਰਿਆ ਪਾਈ ਗੁਰਦਾਸ ਦੀਆਂ ਵਾਰਾਂ ਵਿੱਚ ਕਿੰਨੇ ਜੁਗਾਂ ਦੀ ਗੱਲ ਚਾਰ ਜੁਗਾਂ ਦੀ ਗੱਲ ਇਹ ਹੋ ਗਿਆ ਕੁਐਸਚਨ ਪਾਈ ਗੁਰਦਾਸ ਦੀਆਂ ਵਾਰ ਅਨੁਸਾਰ ਸਿੱਧ ਕਿੱਥੇ ਛਿਪ ਕੇ ਬੈਠੇ ਸਨ ਸਿੱਧ ਤੇ ਬਿਟਾ ਅਧਕਾਏਗੀ ਉੱਪਰ ਕਿੱਥੇ ਛਿਪ ਕੇ ਬੈਠੇ ਸਨ ਕਲਾਸ਼ ਪਹਾੜ ਤੇ ਤੁਹਾਨੂੰ ਪਤਾ ਹੈ ਕਿ ਸਿੱਧ ਨਾਥ ਜੋਗੀ ਜਿਹੜੇ ਅਤੇ ਸਿੱਧ ਜਿਹੜੇ ਸੀਗੇ ਉਸ ਵੇਲੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਿਹੜੀ ਪਰੰਪਰਾਗਤ ਜਿਹੜੀ ਭਗਤੀ ਧੁਰੀ ਆ ਰਹੀ ਸੀ ਨਾ ਉਹ ਨਾਥਾ ਜੋਗੀਆਂ ਦੀ ਭਗਤੀ ਸੀਗੀ ਪਰ ਉਹ ਕੀ ਕਰਦੇ ਹੁੰਦੇ ਸੀ ਆਪਣੇ ਪਿੰਡੇ ਤੇ ਉਹਨਾਂ ਨੇ ਰਾਖ ਮੰਨ ਲੈਣੀ ਜਟਾ ਬਣਾ ਲੈਣੀਆਂ ਤੇ ਘਰ ਗ੍ਰਸਤੀਆਂ ਤੋਂ ਜਿਹੜਾ ਦੂਰ ਤੇ ਪਹਾੜਾਂ ਤੇ ਜਾ ਕੇ ਆਪਣੇ ਆਪ ਨੂੰ ਇੰਜ ਸੋਚਣਾ ਕਿ ਅਸੀਂ ਜੋ ਹੈ ਪ੍ਰਮਾਤਮਾ ਦੇ ਭਗਤ ਹੈਗੇ ਤੇ ਕਿੱਥੇ ਛੁਪ ਕੇ ਬੈਠੇ ਸੀਗੇ ਉਹ ਕਲਾਸ਼ ਪर्वਤ ਤੇ ਗੁਰੂ ਨਾਨਕ ਦੇਵ ਜੀ ਦੇ ਸਾਥੀ ਦਾ ਕੀ ਨਾਂ ਸੀ ਕੀ ਨਾਂ ਦਸੂਤੇ ਜੋ ਚਾਰ ਉਦਾਸੀਆਂ ਚ ਉਹਨਾਂ ਦੇ ਨਾਲ ਸੀਗਾ ਕੀ ਨਾਮ ਸੀ ਉਹਨਾਂ ਦਾ ਤੁਹਾਨੂੰ ਪਤਾ ਵੀ ਹੋਏਗਾ ਬੇਟਾ ਪਾਈ ਮਰਦਾਨਾ ਪਾਈ ਗੁਰਦਾਸ ਦੀ ਤੁਲਨਾ ਅੰਗਰੇਜ਼ੀ ਦੇ ਕਿਸ ਮਹਾਨ ਕਵੀ ਨਾਲ ਕੀਤੀ ਜਾਂਦੀ ਹੈ ਜਿਹੜੇ ਮਹਾਨ ਕਵੀ ਨਾਲ ਕੀਤੀ ਜਾਂਦੀ ਹੈ ਜੋਂਨ ਮਿਲਟਨ ਹੈ ਬੇਟਾ ਇਹਦਾ ਨਾਮ ਮਿਲਟਨ ਮਿਲਟਨ ਨੇ ਪੈਰਾਡਾਈਜ਼ ਲੋਸਟ ਲਿਖਿਆ ਨਾ ਇੰਗਲਿਸ਼ ਦਾ ਬਹੁਤ ਪ੍ਰਸਿੱਧ ਮਹਾਕਾਵ ਹੈ ਉਹ ਮਿਲਟਨ ਨੇ ਲਿਖਿਆ ਤੇ ਦੇਖੋ ਉਹਦੇ ਨਾਲ ਮਿਲਟਨ ਨੂੰ ਕਿਹਾ ਜਾਂਦਾ ਕਿ ਮਿਲਟਨ ਜੋ ਹੈ ਅੱਖਾਂ ਤੋਂ ਅੰਨਾ ਸੀਗਾ ਪਰ ਫਿਰ ਵੀ ਦੇਖੋ ਉਹਨੇ ਮਹਾਕਾਵ ਲਿਖਿਆ ਐਪਿਕ ਲਿਖਿਆ ਤੇ ਭਾਈ ਗੁਰਦਾਸ ਦੀ ਤੁਲਨਾ ਉਹਦੇ ਨਾਲ ਕੀਤੀ ਜਾਂਦੀ ਹੈ ਤੇ ਫਿਰ ਅਗਲੇ ਕੁਸਚਨ ਵਿੱਚ ਬੇਟਾ ਸੀ ਗੱਲ ਕਰ ਲਈ ਕਿ ਭਾਈ ਗੁਰਦਾਸ ਦਾ ਜਨਮ ਅਤੇ ਪਰਲੋਕ ਗਮਨ ਉਹਨਾਂ ਦਾ ਕਦੋਂ ਹੋਇਆ ਉਹਨਾਂ ਦਾ ਜਨਮ ਹੋਇਆ 1551 ਵਿੱਚ ਤੇ ਪਰਲੋਕ ਗਮਨ ਕਦੋਂ ਕੀਤਾ ਉਹਨਾਂ ਨੇ 1629 1629 29 ਪਾਈ ਗੁਰਦਾਸ ਜੀ ਦੀ ਵਾਰਾਂ ਦਾ ਮੁੱਖ ਉਦੇਸ਼ ਕੀ ਹੈ ਕੀ ਉਦੇਸ਼ ਹੈ ਉਹਨਾਂ ਦੀਆਂ ਵਾਰਾਂ ਦਾ ਗੁਰਸਿੱਖੀ ਦਾ ਪ੍ਰਚਾਰ ਪਾਈ ਗੁਰਦਾਸ ਦਾ ਜਨਮ ਹੋਇਆ ਕਿੱਥੇ ਬਸਰਕੇ ਜ਼ਿਲ੍ਹਾ ਅੰਮ੍ਰਿਤਸਰ ਪਾਈ ਗੁਰਦਾਸ ਦੇ ਪਿਤਾ ਦਾ ਨਾਮ ਸ੍ਰੀ ਈਸ਼ਰ ਪੱਲਾ ਜੀ ਤੇ ਗੁਰਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਇਹ ਬੇਟਾ ਅਸੀਂ ਕਿਉਂ ਕਰਨਾ ਕਿਉਂਕਿ ਜਪਜੀ ਸਾਹਿਬ ਵਾਲਾ ਵੀ ਹੈ ਨਾ ਸਾਡੇ ਕੋਲ ਜਪਜੀ ਸਾਹਿਬ ਵਾਲਾ ਵੀ ਸਾਡੇ ਕੋਲ ਪੇਪਰ ਵਿੱਚ ਜੇ ਜੋ ਹੈ ਇੱਕ ਕਿਤਾਬ ਸਾਡੇ ਕੋਲ ਜਪਜੀ ਸਾਹਿਬ ਵਾਲੀ ਹੈਗੀ ਹੈ ਗੁਰਨਾਨਦ ਜੀ ਦੇ ਮਾਤਾ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਸਿੱਖ ਧਰਮ ਦਾ ਸੈਂਟ ਪਾਲ ਕਿਸ ਨੂੰ ਕਿਹਾ ਜਾਂਦਾ ਹੈ ਦੇਖੋ ਇਹ ਵੀ ਜਿਹੜੀ ਉਪਾਧੀ ਹੈਗੀ ਨਾ ਇਹ ਉਪਾਧੀ ਵੀ ਭਾਈ ਗੁਰਦਾਸ ਨੂੰ ਪ੍ਰਾਪਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਿੱਚ ਭਾਈ ਗੁਰਦਾਸ ਦਾ ਕੀ ਰੋਲ ਸੀ ਠੀਕ ਹੈ ਨਾ ਕੀ ਰੋਲ ਸੀ ਹੁਣ ਸੰਪਾਦਨਾ ਬੇਟਾ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਤੁਸੀਂ ਅਜੇ ਬੀਏ ਫਸਟ ইয়ার ਦੇ ਬੱਚੇ ਹੋ ਨਾ ਉਹਨਾਂ ਨੂੰ ਤੁਹਾਨੂੰ ਨਹੀਂ ਪਤਾ ਜੇ ਸੰਪਾਦਨਾ ਕੀ ਹੁੰਦਾ ਹੈ ਸੰਪਾਦਨਾ ਹੁੰਦਾ ਹੈ ਕਿ ਜਦੋਂ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਹਨੇ ਕੀਤੀ ਇਹ ਵੀ ਤੁਹਾਨੂੰ ਦੱਸ ਦਿਆਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੰਪਾਦਨਾ ਹੁੰਦਾ ਬੇਟਾ ਕਿ ਬਾਕੀ ਹੋਰ ਕਾਫੀ ਜਣਿਆਂ ਦਾ ਲਿਖਿਆ ਹੋਇਆ ਕੋਈ ਵੀ ਮੈਟਰ ਇਕੱਠਾ ਕਰਕੇ ਉਹਨੂੰ ਛਪਵਾਣਾ ਉਹਨੂੰ ਇਕੱਠਾ ਕਰਨਾ ਤੇ ਉਹਨੂੰ ਕਿਹਾ ਜਾਂਦਾ ਸੰਪਾਦਿਤ ਕਰਨਾ ਤੇ ਭਾਈ ਗੁਰਦਾਸ ਦਾ ਇਹਦੇ 'ਚ ਕੀ ਰੋਲ ਸੀ ਲਿਖਾਰੀ ਦਾ ਉਹਨਾਂ ਨੇ ਸਿਰਫ ਲਿਖਿਆ ਪੰਜਾਬੀ ਭਾਸ਼ਾ ਵਿੱਚ ਰਚਨਾ ਕਰਨ ਲਈ ਭਾਈ ਗੁਰਦਾਸ ਨੇ ਕਿਹੜਾ ਸਾਹਿਤ ਰੂਪ ਅਪਣਾਇਆ ਦੇਖੋ ਬੇਟਾ ਪੰਜਾਬੀ ਚ ਉਹਨਾਂ ਨੇ ਰਚਨਾ ਕੀਤੀ ਭਾਈ ਗੁਰਦਾਸ ਨੇ ਤੇ ਸਾਹਿਤ ਰੂਪ ਹੁੰਦੇ ਨੇ ਜਿਵੇਂ ਪੋਇਟਰੀ ਹੁੰਦੀ ਹੈ ਤੇ ਨਾਵਲ ਨਾਟਕ ਹੁੰਦੇ ਨੇ ਕਿਸੇ ਹੁੰਦੇ ਨੇ ਵਾਰ ਹੁੰਦੀਆਂ ਨੇ ਠੀਕ ਹੈ ਨਾ ਤੇ ਭਾਈ ਗੁਰਦਾਸ ਨੇ ਕਿਹੜਾ ਸਾਹਿਤ ਰੂਪ ਅਪਣਾਇਆ ਬਹੁਤ ਇੰਪੋਰਟੈਂਟ ਕੁਐਸਚਨ ਆਇਆ ਵਾਰਾਂ ਵਾਰੁਣ ਨੇ ਚੁਣੀ ਠੀਕ ਹੈ ਬੇਟਾ ਜੀ ਅੱਜ ਦੇ ਲਈ ਇੰਨੇ ਕੁਐਸਚਨ ਜੇ ਲੋਡ ਹੋਈ ਤੇ ਆਪਾਂ ਫੇਰ ਆਪਣੀ ਵੀਡੀਓ ਬਣਾਵਾਂਗੇ ਬੀਏ ਫਰਸਟ ইয়ার অনার্স ਦੇ ਬੱਚਿਆਂ ਲਈ ਓਕੇ ਬੇਟਾ ਧੰਨਵਾਦ